ਓ ਯਾਰ ਕਿੰਨੀ ਕੁਰੇਸ ਦੇਣੀ ਆ ਕਲਾਚ ਨਾ ਸੁਣਾ ਹੋਣਾ ਕਲਾਚ ਨਾ ਕਿਵੇਂ ਹੱਥ ਨਾ ਪਿਛਾ ਨਿਊਟਰ ਆ ਬਸ ਚੱਲ ਆ ਡਰਮ ਦੇ ਉੱਤੇ ਨਾ ਚਾੜੀ ਐ ਵੇ ਬਟਨ ਲੱਗਾ ਹੈ ਨਹੀਂ ਦੂਸਰਾ ਅੱਗੇ ਫਰੰਟ ਤੇ ਹੈ ਇਹਨੂੰ ਉਦਾਂ ਕਰ ਲੈ ਕਰ ਲੈ ਅੱਛਾ ਪਿਛਾ ਕੱਢ ਇਹਨੂੰ ਪ੍ਰੈਸ ਕਰ ਇਹਨੂੰ ਹਾਂ ਹੁਣ ਕਲਚ ਖਾਲੀ ਮਾਰ ਕਲਚ ਮਾਰ ਕੇ ਛੱਡ ਓਏ ਇੰਜ ਵਾਹ ਬਾਏ ਵਾਹ ਮੈਨੂੰ ਲੱਗ ਗਿਆ ਨਹੀਂ ਇਹ 4:30 ਹੋਏ ਨੇ ਹੁਣ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਅਲੈਕੁਮ ਜੀ ਦੋਸਤੋ ਕੈਸੇ ਹੈਂ ਆਪ ਸਭ ਫਿਟ ਫਾਟ ਵੈਲਕਮ ਹੈ ਜੀ ਆਪ ਸਭ ਕਾਸ਼ ਕੇ ਨਏ ਵਲੌਗ ਮੇਂ ਤੋ ਦੋਸਤੋ ਅੱਜ ਮੇਰਾ ਸਫ਼ਰ ਚੱਲ ਰਿਹਾ ਜੀ ਰਿਆਜ਼ ਸੇ ਵਾਪਸੀ ਜੱਦਾ ਦਾ ਔਰ ਆਪਣੀ ਗਾੜੀ ਵੀ ਨਹੀਂ ਹੈ ਮੈਂ ਅੱਜ ਕਿਸੇ ਸੇ ਲਿਫਟ ਲੈ ਕੇ ਜਾ ਰਹਾ ਹੂੰ ਆਪਣੀ ਗਾੜੀ ਮੈਨੇ ਛੋੜ ਦੀ ਹੈ ਜਨਾਬ ਰਿਆਜ਼ ਮੇਂ ਆਪਨੇ ਅਗਰ ਪਹਿਲੇ ਵਾਲੇ ਵਲੌਗ ਦੇਖੇ ਹੋਗੇ ਤੋ ਆਪਕੋ ਪਤਾ ਹੋਗਾ ਮੈਨੇ ਆਪਕੋ ਬਤਾਇਆ ਥਾ ਕਿ ਯੇ ਮੇਰਾ ਲਾਸਟ ਟ੍ਰਿਪ ਹੈ ਤੋ ਇਸ ਲਈ ਰਿਆਜ਼ ਮੇਂ ਗਾੜੀ ਛੋੜ ਆਇਆ ਹੂੰ ਤੋ ਅਭੀ ਮੈਂ ਲਿਫਟ ਲੈ ਕੇ ਜਨਾਬ ਇੱਕ ਭਾਈ ਸੇ ਦੋਸਤੀ ਹੈ ਤੋ ਜਾ ਰਹਾ ਹੂੰ ਜੱਦਾ ਮੇਂ ਤੋ ਜਿਸ ਭਾਈ ਕੇ ਸਾਥ ਜਾ ਰਹਾ ਹੂੰ ਭਾਈ ਮੈਂ ਆਪਕੋ ਕੇ ਟਰੱਕ ਚਲਾਨੇ ਕਾ ਜ਼ਰਾ ਆਪਕੋ ਸਟਾਈਲ ਦਿਖਾਊਂ ਕਿਆ ਹੈ ਮਜ਼ੇਦਾਰ ਸਟਾਈਲ ਹੈ ਯੇ ਚੱਕਰ ਹੈ ਜੀ ਹਾਂਜੀ ਜਨਾਬ ਸਲਾਮ ਤੇ ਲੈਣਾ ਬਿਲਕੁਲ ਅਸਲਾਮੁ ਅਲੈਕੁਮ ਲੈਂਦਾ ਐ ਕਿਵੇਂ ਗੱਡੀ ਕਿਵੇਂ ਚਲਾਣਾ ਕੋਈ ਸਮਝ ਨਹੀਂ ਲੱਗੀ ਇਹਨੂੰ ਆਦੇ ਨਹੀਂ ਸੀ ਹੋ ਕੇ ਗੱਡੀ ਚਲਾਣਾ ਈਜ਼ੀ ਹੋ ਗਏ ਇਹ ਚੱਕਰ ਨੇ ਭਾਈ ਆਟੋ ਪੇ ਗਾੜੀ ਲਗਾ ਇਹ ਆਟੋ ਪਾਇਲਟ ਤੇ ਨਹੀਂ ਵਾਲਾ ਸਾਹਿਬ ਜਿਹੜਾ ਉਹ ਜਹਾਜ਼ ਨੂੰ ਆਟੋ ਪਾਇਲਟ ਤੇ ਲਾ ਕੇ ਚਲਾ ਹਟ ਜਾ ਛੱਡ ਛੱਡਦੇ ਨੇ ਜਹਾਜ਼ ਮੈਂ ਚਲਾਇਆ ਨੇ ਕੋਈ ਟਰਾਈ ਕਰਦੀ ਕਿਤੇ ਅੱਲਾ ਮੌਕਾ ਦਿੱਤਾ ਤੇ ਇਹ ਤੇਰਾ ਵਾਸਤੇ ਜਹਾਜ਼ ਹੀ ਹੈ ਇਹ ਚੱਕਰ ਭਾਈ ਚੌਂਕੜੀ ਮਾਰ ਕੇ ਫੁੱਲ ਜ਼ਿਆਦਾ ਨਾ ਹੋ ਕੀ ਹੈ ਮਸਤੀ ਮਾਹੌਲ ਚ ਜਾ ਰਿਹਾ ਜਨਾਬ ਲੰਮੇ ਰੂਟ ਤੇ ਮਸਤੀ ਮਾਹੌਲ ਹੀ ਹੁੰਦਾ ਤੇ ਹੋਰ ਕੀ ਹੁੰਦਾ ਇੱਥੇ ਚਿਲ ਪ੍ਰੋਗਰਾਮ ਹੁੰਦਾ ਹੁਣ ਅੱਜ ਮੈਂ ਤੇਰਾ ਵੀ ਬੰਜ ਬੈਰ ਹੀ ਸੋਚਾਂ ਤੂੰ ਸੋਚ ਕੇ ਵੀ ਕਿੱਦਾਂ ਕੋ ਜਾਣਾ ਤੂੰ ਦੁਆ ਕਰ ਤੂੰ ਸੁਜੇ ਥੋੜਾ ਜਿਹਾ ਮੇਰੇ ਯਾਰ ਬੰਦੇ ਬੰਦੇ ਆ ਗਿਆ ਡਾਕਟਰ ਸਾਹਿਬ ਤੋਂ ਇੱਕ ਵਾਰੀ ਦੱਸਣਾ ਮਸਲਾ ਮੈਨੂੰ ਹੋ ਗਿਆ ਹਾਂ ਉਹਨੇ ਪੁੱਛਿਆ ਕੀ ਮਸਲਾ ਹੋ ਗਿਆ ਉਹਨੇ ਕਿਹਾ ਡਾਕਟਰ ਸਾਹਿਬ ਪਹਿਲਾਂ ਇਹ ਸ਼ਰਤ ਤੇ ਤੂੰ ਸਾਸਣਾ ਨਹੀਂ ਹਾਂ ਉਹਨੇ ਕਿਹਾ ਚੱਲ ਦੱਸ ਨਹੀਂ ਹੱਸਦਾ ਹਾਂ ਉਹਨੇ ਕਿਹਾ ਯਾਰ ਨਾ ਮੇਰੀ ਇਹ ਬਿਲੀ ਸੋਚ ਗਈ ਡਾਕਟਰ ਵੇਖ ਕੇ ਹੱਸਦੇ ਆਪਣੀ ਬਹਾਨਾ ਜਰਾ ਕੋ ਜੱਦਾ ਟਾਈਮ ਕੀ ਹੋਇਆ ਜਨਾਬ ਮੇਰਾ 3 ਦਾ ਹੋ ਗਿਆ ਹੋਣਾ ਨਹੀਂ 2:30 ਹੋ ਗਿਆ ਭਾਈ ਦੇਖਦੇ ਆ ਅੱਜ ਰਾਤ ਕਬ ਤੱਕ ਪਹੁੰਚਦੇ ਆ ਜੱਦਾ ਮੈਂ ਆਪਕੋ ਸਾਥ ਸਾਥ ਅਪਡੇਟ ਕਰਤੇ ਹੈ ਜਨਾਬ ਅੱਜ ਕਾ ਸਫ਼ਰ ਹਮਾਰਾ ਕੈਸਾ ਚੱਲ ਰਿਹਾ ਹੈ ਆਪਕੋ ਸਾਰੇ ਪ੍ਰੋਗਰਾਮ ਆ ਚਾਹੇ ਤਾਂ ਅੱਛਾ ਜੀ ਪੂਰਾ ਟਾਈਮ ਚ ਸਕੂਟਿਆਂ ਨਾਲ ਲਾ ਜਾਣਾ ਆਈ ਵਾ ਚਲੋ ਨਾ ਕਰੇ ਹਾਂ ਦੱਸ ਨਾ ਹੁਣ ਹਾਂ ਤੇ ਕਰਾਚ ਨਾ ਆਪਕੇ ਗੇਅਰ ਲਾਈ ਦਵਾਉ ਕਰਾਚ ਫਰਲੇ ਪਾਸੇ ਹਾਂ ਕਰਾਚ ਦੱਬ ਲਿਆ ਤੇ ਇਹਨੂੰ ਬਸ ਥੋੜਾ ਜਿਹਾ ਥਨਾ ਪਰਾਂ ਪਰਾਂ ਕਰ ਬਸ 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 ਹਾਂ ਹਾਂ ਹੱਲਾ ਪਰ ਡਾਰ ਕਹਿੰਦੇ ਆਹ ਚੱਲ ਆ ਐਂਡ ਬ੍ਰੇਕ ਪਾਈ ਛੱਡਣੀ ਤੂੰ ਮੈਂ ਤੂੰ ਸੱਟ ਮਾਰੂੰਦਾ ਉਸਤਾਦ ਸ਼ਕਲ ਤਾਂ ਹੈ ਰਿਹਾ ਸ਼ਕਲ ਵਾਹ ਨਹੀਂ ਨਹੀਂ ਉਸਤਾਦ ਦੀ ਸ਼ਕਲ ਨਹੀਂ ਉਸਤਾਦ ਦਾ ਕੰਮ ਵੇਖੀ ਤਾਂ ਨਾ ਮੈਨੂੰ ਵੱਲ ਤੇ ਆਉਂਦਾ ਨਾ ਤੇਰਾ ਮੈਨੂੰ ਮੈਂ ਅਖੇ ਤੈਨੂੰ ਕੰਮ ਥੋੜਾ ਹੁੰਦਾ ਮੈਂ ਹਾਂ ਤੂੰ ਉਸਤਾਦ ਦੀ ਸ਼ਕਲ ਦਾ ਕੀ ਤਲਕ ਹੁੰਦੇ ਕੰਮ ਨਾਲ ਇਹ ਅਜੀਬ ਗੱਲ ਹੈ ਯਾਰ ਭਾਈ ਅਗਰ ਟੁਰ ਤੇ ਲੈ ਤੂੰ ਕੋਈ ਟੁੰਬਣਾ ਕਿਸੇ ਮਸ਼ੀਨ ਪਟਣਾ ਉਹਨਾਂ ਦੀ ਬਾਰੂ ਵੀਡੀਓ ਜਿਹੜੀ ਹੈ ਨਾ ਨਹੀਂ ਆਉਣੀ ਹੈ ਮੇਰੀ ਬਣਾ
ਯਾਰ ਬਾਹਰੋਂ ਆਵੇ ਦੀ ਕਿਉਂ ਨੀ ਆਉਣੀ, ਫਿਲਟਰ ਲਾ ਕੇ ਚਮਕਿਆ ਫਿਰਨਾ, ਕੋਈ ਫਿਲਟਰ ਨਹੀਂ ਲੱਗਾ ਮੈਂ ਨੇੜੇ ਹੋ ਕੇ ਮੈਂ। ਓ ਯਾਰ ਕਿੰਨੀ ਕੁ ਰੇਸ ਦੇਣੀ ਆ ਕਲਚ ਨਾ ਹੋਣਾ, ਕਲਚ ਨਾਲ ਕਿਵੇਂ ਹੱਥ ਨਾਲ ਪਿਛਾਂ ਨਿਊਟਰ ਆ ਬਸ ਚੱਲ ਆ ਡਰਮ ਦੇ ਉੱਤੇ ਨਾ ਚਾੜੀ ਮੋੜ ਤੇ ਮੋੜ ਲਾ ਭਾਈ, ਮੋੜ ਤੇ ਮੋੜ ਲਾ ਸੋੜਾ ਖੇਡਾਂ ਫੇਰ ਆਣਾ ਤੂੰ ਰੇਸ ਤੋਂ ਕਿਤੇ ਹੜੀ ਤੇ ਰੇਸ ਪੋਲੀ ਕਰ ਲੈਣਾ ਤੇਰੇ ਪੈਰ ਦੇ ਵਿੱਚ ਹੀ ਲੈ ਭਾਈ ਕੀ ਹੋ ਗਿਆ ਮੁਕਤੀ ਜਾਚ ਨੀ ਸਿਖੀਦੀ ਪੋਲਾ ਪੋਲਾ ਇੱਕ ਵਾਰੀ ਮੱਥੇ ਚ ਬਾਹਰ ਨਿਕਲੋ ਫਿਰ ਤੈਨੂੰ ਦੱਸਣਾ ਉਹ ਖਾਣਾ ਹੀ ਓਕੇ ਰੇਸ ਭਾਈ ਪੋਲੀ ਰੱਖਣਾ ਕਲਚ ਨੱਪ ਗੇਅਰ ਨੂੰ ਅਗਾਂਹ ਕਰਕੇ ਨਿਊਟਰਲ ਕਰ ਕਲਚ ਨੱਪ ਕੇ ਤੇ ਪੂਰਾ ਸਿਲੰਡਰ ਸਾਈਡ ਦੇ ਤੱਕ ਕੇ ਫਿਰ ਲਾ ਦੇਣਾ ਹਾਂ ਤੇਰੀ ਖੈਰ ਤੂੰ ਬ੍ਰਾਂਡ ਹੈ ਚੋਰੀ ਆਈ ਵਾ ਮੈਂ ਨਾ ਹੁਣ ਤੇ ਗੱਡੀ ਹਾਲੀ ਕਰ ਕੇ ਆਣਾ ਨਿਓਮ ਹਾਂ ਲਾਸਟ ਟਾਈਮ ਮੈਂ ਜਾ ਸਿਕਿਉਰਟੀ ਨੂੰ ਮਿਲਿਆ ਹੁਣ ਦੱਸਿਆ ਮੈਂ ਲੋਡ ਲੈ ਕੇ ਆਈ ਹੈ ਉਹਨਾਂ ਕਹਿੰਦੇ ਐਂਡ ਕਰਨਾ ਹੈ ਕਿ ਫੋਕਸ ਲਾ ਕੇ ਫੋਕਸਾ ਨਹੀਂ ਹਾਂ ਵਿਚ ਰਹੀਆਂ ਦੀ ਗੇਅਰ ਲਗਾਉਣਾ ਹੋਇਆ ਯਾਰ ਗੇਅਰ ਪੂਰੇ ਕਰਕੇ ਗੱਲ ਕਰ ਲਈ ਹਾਂ ਤੈਨੂੰ ਕਾਹਦੀ ਸੌੜ ਹੈ ਅੱਛਾ ਅੱਛਾ ਠੀਕ ਦੱਸ ਇਹਨੂੰ ਪਿਛਾਂ ਕਰਕੇ ਨਿਊਟਰਲ ਥੱਲੇ ਇੱਕ ਬਟਨ ਲੱਗਾ ਹੈ ਨਹੀਂ ਦੂਸਰਾ ਅੱਗੇ ਫਰੰਟ ਤੇ ਹੈ ਇਹਨੂੰ ਉਦਾਂ ਕਰ ਲੈ ਇਹਨੂੰ ਕਰ ਲੈ ਅੱਛਾ ਪਿਛਾਂ ਕੱਢ ਇਹਨੂੰ ਪਰਾਂ ਲਾ ਆਹੋ ਹੈ ਹੁਣ ਉਹ ਜਿਹੜਾ ਬਟਨ ਲੱਗਾ ਨਾ ਨਾਲ ਉਹ ਉੱਥੇ ਸਾਹਮਣੇ ਮੀਟਰ ਦੇ ਉੱਤੇ ਗਰਾਰੀ ਦਾ ਨਿਸ਼ਾਨ ਆਉਂਦਾ ਪਿਆ ਰੇਸ ਵਾਲੀ ਸੂਈ ਦੇ ਥੱਲੇ ਹਾਂ ਐਲ ਫਰੋਮ ਲੋ ਪੜਿਆ ਲਿਖਿਆ ਵਾਹ ਜੀ ਵਾਹ ਇਹ ਤਾਂ ਫਾਇਦਾ ਹੈ ਨਾ ਇਹ ਹੁਣ ਬਟਨ ਉਤਾਂ ਨੂੰ ਕਰ ਉੱਤੇ ਪ੍ਰੈਸ ਕਰ ਇਹਨੂੰ ਹਾਂ ਹੁਣ ਕਲਚ ਖਾਲੀ ਮਾਰ ਕਲਚ ਮਾਰ ਕੇ ਛੱਡ ਓਏ ਇੰਜ ਵਾਹ ਬਾਏ ਵਾਹ ਨਹੀਂ ਇਹ 4:30 ਹੋਏ ਨੇ ਹੁਣ ਹਾਂ ਇਹਨੂੰ ਬਟਨ ਨੂੰ ਹੁਣ ਹੇਠਾਂ ਪ੍ਰੈਸ ਕਰ ਦੇ ਹਾਂ ਨਹੀਂ ਨਹੀਂ ਇਹਨੂੰ ਹੇਠਾਂ ਕਰ ਦੇ ਅੱਛਾ ਹੁਣ ਇਹਨੂੰ ਐਵੇਂ ਪਿਛਾਂ ਜਿੱਥੇ ਦੂਸਰਾ ਲੱਗਾ ਸੀ ਉੱਥੇ ਕਲਚ ਨਾਪ ਕੇ ਲਾ ਕਲਚ ਤਾਂ ਨਾਪ ਲਾ ਯਾਰ ਅੱਛਾ ਚਲੋ ਪੰਜਵਾਂ ਲਾ ਕੇ ਉਹ ਜੇ ਬਟਨ ਹੇਠਾਂ ਕੀਤਾ ਸੀ ਨਾ ਕਲਚ ਨੱਪਣ ਦੇ ਨਾਲ ਇੱਕ ਤੇ ਉਹ ਫੋਕਸ ਅੱਧਾ ਗੇਅਰ ਵੀ ਨਿਕਲ ਗਿਆ ਨਾਲੇ ਅਗਲਾ ਵੀ ਲੱਗ ਗਿਆ 4:30-5 ਹੁਣ 5:30 ਹੁਣ ਤੇ ਫਿਰ ਗੁੱਛੇ ਹੋ ਜਾਣ ਹੁਣ ਕੀ ਕਰਨਾ ਉਹ ਫੋਕਸ ਲਾ ਨਾ ਇਹ ਆਈ ਲੋ ਇਹ ਫੋਕਸ ਹੈ ਉਹ ਤਾਂ ਕਰ ਕਲਚ ਨੱਪ ਯਾਰ ਇੰਜ ਨਹੀਂ ਤੇ ਹੋਰ ਕੀ ਹੈ ਹੁਣ ਫੋਕਸ ਬਟਨ ਥੱਲੇ ਕਰ ਦੇ ਹਾਂ
ਏਡਾ ਤੇ ਤੂੰ ਭਲਵਾਨ ਹੀ ਨਹੀਂ ਹੋਵੇ, ਤੂੰ ਗੇਅਰ ਪਾ ਨਹੀਂ ਛੱਡੇ ਨਹੀਂ ਨਹੀਂ ਅਜੇ ਨਹੀਂ, ਇੰਨੀ ਤੇ ਸਪੀਡ ਆਪਾਂ ਮਾਰਨੀ ਨਹੀਂ, ਅੱਗੇ ਰਸ਼ ਹੋਣਾ। ਤੂੰ ਇਹਦੀ ਨਾ 14 ਤੇ ਰੇਸ ਕਰਕੇ ਤੇ ਉਹ ਪਰਲੇ ਪਾਸੇ ਜਿਹੜੀ ਡੰਡੀ ਲੱਗੀ ਹੈ ਨਾ ਉਹਦੇ ਹੈਡ ਦੇ ਉੱਤੇ ਬਿਲਕੁਲ ਉੱਥੇ ਸੀ ਦਾ ਨਿਸ਼ਾਨ ਆਉਣਾ, ਦੋ ਵਾਰੀ ਸੀ ਦਾ। ਅੱਛਾ ਠੀਕ, ਜਿਹੜਾ ਨਹੀਂ ਪਤਾ ਉਹਦੇ ਵਾਸਤੇ ਤਾਂ ਨਹੀਂ ਲੜਦਾ, ਜਿਹੜਾ ਇਹਦਾ ਲੱਗ ਨਹੀਂ ਗਿਆ ਹੁਣ ਪਤਾ। ਯਾਦ ਕਰਾਇਆ ਨਾ ਮੈਂ ਉਸਤਾਦ ਭੋਂ ਕੱਬਾਂ, ਏਡਾ ਮੈਂ ਲੱਗ ਨਹੀਂ ਹੈ। ਮੇਰਾ ਉਹਨੇ ਕਰਨਾ ਸੀ, ਮੈਂ ਤੈਨੂੰ ਇੱਕ ਸੱਚਾ ਵਾਕਿਆ ਸੁਣਾਉਣਾ। ਜਦੋਂ ਮੈਂ ਰੁਕਸਾ ਬਣਵਾਇਆ ਸੀ ਨਾ, ਬਣਵਾ ਕੇ ਆ ਕੇ ਮੈਂ 6 ਮਹੀਨੇ ਇੱਥੇ ਕੰਮ ਲੱਭਦਾ ਰਿਹਾ ਸਾਂ, ਮੈਂ ਏਸੀ ਵਾਲਿਆਂ ਨਾਲ 50 ਰਿਆਲ ਦਿਹਾੜੀ ਤੇ ਕੰਮ ਕਰਦਾ ਰਿਹਾ, ਮੈਨੂੰ ਕੋਈ ਬੰਦਾ ਗੱਡੀ ਦੇਂਦਾ ਹੀ ਨਹੀਂ। ਨਹੀਂ ਮੇਰੀ ਸਟੋਰੀ ਤਾਂ ਸੁਣਨਾ ਨਾ, ਚਲ ਮੁਸ਼ਕਲ ਨਹੀਂ ਹੁਣ ਵੀ ਠੀਕ ਹੀ ਹੈ, ਚਲਦੀ ਪਈ ਸਟੋਰੀ ਦੀ ਆਵਾਜ਼ ਤੇ ਜਾਂਦੀ ਨਹੀਂ ਪਈ ਇੱਥੇ। ਹਾਂ ਸੁਭਾਨ ਅੱਲਾ, ਕਿੱਥੇ 6 ਮਹੀਨੇ ਭਾਈ ਐਵੇਂ ਹੀ ਏਸੀ ਵਾਲੀ ਦੁਕਾਨ ਤੇ ਕੰਮ ਕਰਦਾ ਰਿਹਾ ਮੈਂ ਵਿੱਚ ਮਹੀਨਾ ਕੋ, ਕਿਧਰੇ ਸੱਜੇ ਖੱਬੇ ਦਿਹਾੜੀ ਦੱਪੇ ਤੇ ਪਹਿਲਾਂ 50 ਰਿਆਲ ਕੰਮ ਕਰਦਾ ਸਾਂ ਦਿਹਾੜੀ ਤੇ ਏਸੀ ਤੇ, ਤੇ ਬਾਅਦ ਫਿਰ ਜਿਸ ਵੇਲੇ ਇੱਕ ਬੰਦੇ ਦੀ ਗੱਡੀ ਦੇ ਪੇਪਰ ਨਹੀਂ ਸਨ ਪੂਰੇ ਉਹਨੇ ਫਿਰ ਦਿੱਤੀ ਗੱਡੀ, ਫਿਰ ਤੇਰੇ ਭਰਾ ਨੇ ਉੱਲਾਂ ਕੱਢੀਆਂ ਨੇ ਉੱਲਾਂ। ਪਹਿਲਾਂ ਮੈਂ ਸਭ ਤੋਂ ਪਹਿਲਾਂ ਜਿਹੜਾ ਆਪਣੇ ਕੈਰੀਅਰ ਦੀ ਸਭ ਤੋਂ ਪਹਿਲੀ ਡਰਾਈਵਰੀ ਸਟਾਰਟ ਕੀਤੀ ਸੀ ਨਾ ਉਹ 1992 ਮਾਡਲ ਡੈਨਾ ਸੀ ਪਾਣੀ ਵਾਲਾ 2016 ਚ, ਉਹ 1900 ਮੈਂ 15 ਦਾ ਆਇਆ ਸਾਂ, ਉਦੋਂ ਉਹਦਾ ਇੱਕ ਬੜਾ ਫਾਰਮੂਲਾ ਸੀ, ਉਹ ਟੁਰਦਾ ਪਿਆ ਕਟੀਂਦਾ ਸੀ ਖਲੋ ਜਾ ਤੇ ਉਹਦਾ ਸਟੀਅਰਿੰਗ ਨਹੀਂ ਸੀ ਕਟੀਂਦਾ। ਅੱਛਾ ਉਹਦਾ ਫਿਰ ਮੈਨੂੰ ਵੱਲ ਆ ਗਿਆ ਜਿਸ ਟਾਈਮ ਡੈਨਾ ਸੀ ਨਾ ਸਾਲੇ ਟੁਰਦੇ ਪਏ, ਮੈਂ ਜਨਾਬ ਮੇਰੇ ਫਿਰ ਬੜਾ ਉਹਨੂੰ ਗੇੜੇ ਦਿੱਤੇ ਨੇ। ਉਹਨਾਂ ਦਿਨਾਂ 'ਚ ਅਰਬੀ ਸਹੀ ਪੱਕ ਗਈ ਸੀ, ਇੱਕ ਤਾਂ ਨਵੇਂ ਨਵੇਂ ਆਏ ਸਾਂ, ਉਮਰ ਵੀ ਥੋੜ੍ਹੀ ਸੀ, ਦੂਜਾ ਡਰੱਗ ਸਾਊਦੀਆਂ ਨਾਲ ਵਿਆਹ ਸੀ ਪਾਣੀ ਵਾਲਾ ਕੰਮ ਸੀ, ਬਸ ਉਹ ਹੀ ਆਈ ਹੈ ਜਿਹੜੀ ਆਈ ਹੈ, ਉਸ ਤੋਂ ਬਾਅਦ ਅਰਬੀ ਵੀ ਨਹੀਂ ਆਈ। ਚੱਲੇ ਵੀ ਮੈਂ ਤੁਹਾਨੂੰ ਰੁਟੀਨ ਨਾਲ ਕਿ ਮੈਂ ਜੇ ਸਪੀਡ ਵਧਾਉਣੀ ਆ ਸੀ ਤੇ ਫੋਕਸਾ ਲਾ ਕੇ ਨਾ ਭਾਈ, ਫੋਕਸਾ ਬਟਨ ਉੱਤੇ ਪ੍ਰੈਸ ਕਰ, ਹਾਂ ਪਹਿਲਾਂ ਬਟਨ ਪ੍ਰੈਸ ਕਰ, ਰੇਸ ਥੋੜ੍ਹੀ ਦਬਾ, ਥੋੜ੍ਹੀ ਰੇਸ ਦਬਾ ਕੇ ਅਤੇ ਅਗਾਂਹ 15 ਤੇ ਕਰਕੇ ਨਾ ਉਸ ਟਾਈਮ ਫਿਰ ਇਹਨੂੰ ਕਲਾਚ ਦਾਬ ਕੇ ਛੱਡ ਦੇ, ਫੋਕਸਾ ਲੱਗ ਜਾਏਗਾ। ਚਾਂਪੀ ਬੜੇ ਨੇ ਯਾਰ, ਮੈਂ ਕੀ ਕਰਾਂ, ਕਲਾਚ ਤੇ ਦੱਬ ਲੈ ਯਾਰ ਪਹਿਲਾਂ, ਫੋਕਸਾ ਲੱਗ ਗਏ। ਹਾਂ ਚੱਲ 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 ਰੇਸ ਦੇ,
ਹੁਣ ਝਟਕਾ ਨਹੀਂ ਲੱਗਾ, ਰੇਸ ਤੋਂ ਪੈਰ ਚਾਇਆ ਹੀ ਨਾ ਤਾਂ ਨਹੀਂ ਲੱਗਾ। ਡਰਾਈਵਰ ਹੋ ਗਿਆ ਹੁਣ ਤਾਂ ਸਿਰ ਡ੍ਰਿਫਟ ਮੇ ਮਾਰਨੀ। ਹਾਂ ਡਰਾਈਵਰ ਇਹਨੇ ਨਾਲ ਹੀ ਹੋ ਗਿਆ। ਹਾਂ ਓਏ ਚੌਧਰੀ ਸੁਣਾ, ਆਈ ਜਾਸ ਬਈ ਤੇਰੀ ਗੱਡੀ ਤੇ ਮੇਰੇ ਜੋੜ ਲਾ ਕੇ ਰੱਖ ਦਿੱਤੇ ਨੇ। ਕਿਉਂ? ਮਤੇ ਮੁਬਾਰਕ ਤੂੰ ਮਾਸ਼ੀਆ ਤੇ ਮਾਸ਼ ਕਰਵਾ ਕੇ ਲੈ ਕੇ ਜਾਣੀ ਪੈਣੀ। ਹੁਣ ਮੈਂ ਆਖਿਆ ਹੁਣ ਰਾਤ ਆਈ ਹੈ ਤੇ ਝੱਟ ਮੈਨੂੰ ਸਵਾਇਦਾ। ਅੱਛਾ ਇਹ ਜ਼ਿਆਦੀ ਯਾਰ, ਖਲਾਰ ਨਾ ਕੀ ਨਿਊਟਰ ਕਰਨੀ ਖਲੋ ਜਾਣੀ ਯਾਰ। ਡਰਾਈਵਰ ਬੰਦਾ ਤੂੰ, ਡਰਾਈਵਰ ਭਾਈ ਮੈਨੂੰ ਪਤਾ ਚੋਰੀ। ਤੁਹਾਡੀ ਰੇਸ ਕੱਟ ਰੱਖਿਆ ਤੇ ਕੋਈ ਨੀ ਮਸਲਾ, ਜੰਪ ਮਾਰ ਮਾਰ ਕੇ ਆ, ਮੇਰਾ ਵੀ ਤੂੰ ਆਹ ਲਾ ਛੱਡਿਆ। ਸਹੀ ਗੱਲ ਯਾਰ ਮੁੰਡੇ, ਮੈਨੂੰ ਲੱਗਦਾ ਮੈਂ ਜਿਹੜਾ ਜਾਗ ਸੋਣਾ ਨਾ ਮੈਨੂੰ ਸਵੇਰ ਨੂੰ ਗਿਲਟ ਪਿਆ ਹੋਣਾ। ਪਹਿਲੇ ਦਿਨ ਜਿਮ ਨੀ ਲਾਈ ਦੀ, ਪਹਿਲੇ ਦਿਨ ਬੰਦਾ ਬੜਾ ਭੱਜਣ ਪਾਉਂਦਾ, ਦੂਜੇ ਦਿਨ ਹੱਥ ਵੀ ਹਿਲਦੇ ਆ, ਉਹ ਹਿਸਾਬ ਮੇਰੇ ਵਾਲਾ। ਨਹੀਂ ਉਮੀਦ ਹੈ ਇਨਸ਼ਾਅੱਲਾ ਹੁਣ ਤੈਨੂੰ ਪੂਰਾ ਵੱਲ ਆ ਗਿਆ, ਹੁਣ ਕੋਈ ਨੀ ਰੋਲਾ। ਅੱਗੂ ਵੀ ਕਰਨਾ ਹੈ, ਅੱਗੂ ਕੀ ਕਰਨਾ, ਉਹ ਤਾਂ ਵੱਲ ਆ ਨਹੀਂ ਸੀ। ਨਿਊਟਰਲ ਕਰ ਆ ਵੀ ਕੋਈ ਨਹੀਂ ਯਾਰ, ਉਹ ਤਾਂ ਤੈਨੂੰ ਵੱਲ ਆ ਨਹੀਂ ਸੀ ਗਿਆ, ਵੱਲ ਆ ਗਿਆ ਵੇਖਿਆ ਖਲਾ ਨਹੀਂ ਲਈ ਰਹੀ ਲੈ ਦੱਸ ਹੁਣ ਬਾ ਟੈਂਕ ਲੈ ਆ। ਅੱਛਾ ਇਹ ਟੈਂਕ ਨੂੰ ਟੈਂਕ ਨਾਲ ਹੀ ਰਲਦੀ ਮਿਲਦੀ ਨਾ ਗੱਡੀ ਤੇ ਤੇਰੀ, ਉਹਨੇ ਆਸੇ ਪਾਸੇ ਮੇਰੇ ਲਾਇ ਦਿੱਤੇ ਨੇ। ਲੋ ਜਾ ਕੋ ਜਾ ਲੈ, ਕੈਸੀ ਆ ਗਈ ਪਾਰਕਿੰਗ ਦੀ ਗੱਡੀ ਕੁੱਦੀ ਪਰਫੈਕਟ ਕਰ ਤੇ ਏਡੀ ਨਹੀਂ ਪਰਫੈਕਟ ਜਿੱਡਾ ਤੂੰ ਭਾਰ ਪਾਇਆ ਨੇ ਇਹਦੇ ਤੇ। ਬਾਏ 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 ਥੈਂਕ ਯੂ। ਆ ਜਾ ਭਾਈ ਆ ਜਾ ਇੱਧਰ ਆ ਜਾ, ਦੋ ਬੰਦੇ ਇੱਕ ਬੰਦਾ ਸਾਡੇ ਤੋਂ ਵੱਡਾ ਹੈ। ਬੜੀ ਬੋਤਲ ਇਹਦਾ ਕਫਲਾ ਕਰਨਾ ਵਾ ਤੇ ਪੈਸੇ ਬਹੁਤੇ ਨਾਲ ਲੈਣੇ ਆ। ਗਰੀਬ ਚਾਲੀ ਰਿਆਲ ਥੋੜੇ ਨੀ ਚਾਲੀ ਰਿਆਲ ਕੀ ਵਿੱਚ ਇਹਦੇ ਕਰੇਲੇ ਤੇ ਨੀ ਪਾ ਦਿੱਤੇ ਯਾਰ, ਵੇਖ ਕੇ ਖਾਦਾ ਨਹੀਂ ਜਾਣਾ ਇੰਜ ਨਾ ਵੇਖ ਧਿਆਨ ਨਾ, ਨਹੀਂ ਕਰੇਲੇ ਤੇ ਨੀ ਪਾਏ ਵਿੱਚ ਇਹਦਾ ਧਿਆਨ ਨਾ ਵੇਖਿਆ ਤੇ ਖਾਦਾ ਨਹੀਂ ਜਾਣਾ, ਕਰੀਚ ਹੀ ਨਾ ਆ ਜਾਂਦੇ ਨਹੀਂ ਕੁਝ ਹੁੰਦਾ। ਚੱਲ ਖੋਲ ਹਮੋ ਦੇ ਮੂਹ ਪਰ ਹੁੰਦਾ, ਚੱਲ ਬਿਸਮਿਲ੍ਲਾ ਬਾੜ ਬੇ ਯਾਹੀ ਮੇਰੇ ਨਹੀਂ ਹੋਣੀ ਕੈਮਰੇ ਤੇ ਭਾਈ ਤੂੰ ਵੀਡੀਓ ਬਣਾਣਾ। ਬਿਸਮਿਲ੍ਲਾ ਬਾੜ ਨਾ ਨਾ ਨਹੀਂ ਨਾ, ਚਲੋ ਮਰਜ਼ੀ ਭਾਈ ਤੇਰੀ, ਚਲੋ ਯਾਰ ਖਾ ਲਈ। ਨਹੀਂ 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 ਬਾਏ ਬਾਏ, ਮੈਂ ਖਾ ਕੇ ਬਣਾਉਂਦਾ ਹਾਂ ਵੀਡੀਓ। ਨਹੀਂ ਬੜਾ ਸੋਹਣਾ ਲੱਗਦਾ। ਨਹੀਂ ਨਹੀਂ ਮਾਨ ਨਾ ਦੋਸਤੋ, ਵੀ ਰਾਤ ਕੇ ਇੱਕ ਟਾਈਮ ਹੈ, ਅਲਬੇਕ ਦਾ ਆਰਡਰ ਦੀ ਹੈ ਤਾਂ ਅਭੀ ਮੇਰਾ ਨੰਬਰ ਤਕਰੀਬਨ ਜੋ ਹੈ ਨਾ 247 ਹੈ, 247 ਨੰਬਰ ਮੇਰਾ,
पर अभी 200 से कम नंबर चल रहा है, तो यानी 47 जो है ना ऑर्डर मुझसे आप पहले हैं अभी, फिर बाद में हमारी बारी आएगी यार। इतना नहीं, अभी आधा घंटा लगता है या घंटा लगता है, बस देखें कितना ज़्यादा है। ये भी भाई ताइफ में रुके हैं अल बैग पे, अलावा जवाना देखे हैं जो निकल गए थे। सवेर तो लागे पंजवीं बार ही रोटी खा आए हैं, सेहत साढ़े फिर भी नहीं बनती। ਵੱਡਾ ਉਸਮਾਨ ਉੱਠਦੇ ਆਖਿਆ ਤੇ ਆਇਆ ਸੀ ਵੀ ਰੋਟੀ ਖਾਇਆ ਕਰੋ, ਫਿਰ ਅੱਜ ਪੰਜਵੀਂ ਵਾਰ ਸਵੇਰ ਦੇ ਖਾਂਦੇ ਹਾਂ, ਮੈਂ ਤਾਂ ਪੰਜਵੀਂ ਵਾਰ ਖਾਂਦੇ ਹਾਂ, ਮੇਰੀ ਚੌਥੀ ਵਾਰ। ਇਹਦਾ ਵੀ ਫੜ, ਇਹ ਵੀ ਕੱਢ। ਟਾਈਮ ਬੜਾ ਲੱਗਦਾ ਯਾਰ ਹੁਣ ਜਦ ਪੜਦੇ, ਮੈਂ ਕਿ 12 ਘੰਟੇ ਜਾਂ ਪੜ ਜਾਈਦਾ ਯਾਰ, ਮੇਰਾ ਨੁਸਖਾ ਫੜ ਫੜ। ਇੱਕ ਹੋਰ ਸੀ ਇਹਦੇ ਨਾਲ ਦਾ, ਇੱਕ ਹੋਰ ਸੀ ਇਹਦੇ ਨਾਲ ਦਾ, ਉਹ ਕੱਢ ਛੱਡਿਆ ਕਿਹਦੇ ਨਾਲ ਦਾ, ਉਹਦੇ ਨਾਲ ਦਾ ਨਾਲ ਆ ਇੱਕ ਐਚਬ ਨਾ ਭੁੱਲ ਗਿਆ ਮੈਨੂੰ, ਤੂੰ ਮੈਨੂੰ ਤਾਂ ਪਾਠੀ ਸਮਝਣਾ ਸੁਣ, ਤੈਨੂੰ ਆਖੇ ਤਾਂ ਆਈ ਖਾ ਲੈ ਤੂੰ ਖਾ ਜੇ ਤੂੰ ਜਾਣ ਦੇ ਗੁੱਸਾ ਠੀਕ ਹੈ, ਫੜ ਬੰਦ ਖਾ ਆਲੂ ਖਾ ਕੇ ਮੋਟਾ ਹੋਵੇ ਤੂੰ ਜੀ। ਦੋਸਤ ਅਭੀ ਟਾਈਮ ਰਾਤ ਕੇ 2 ਹੋ ਗਏ ਹੈ, ਤੋ ਅੱਲਾ ਆਪਕਾ ਭਲਾ ਕਰੇ ਜੀ। ਅਭੀ ਹਮ ਨਿਕਲ ਰਹੇ ਹੈ ਤਾਇਫ ਸੇ, ਤੋ ਆਜ ਤਕਰੀਬਨ ਸੁਬਹ 9:30 ਵਜੇ ਹਮ ਰਿਆਦ ਸੇ ਨਿਕਲੇ ਹੈ, ਤੋ ਸਾਰਾ ਦਿਨ ਔਰ ਸਾਰੀ ਰਾਤ ਇਸ ਸਫ਼ਰ ਮੇਂ ਗੁਜ਼ਰ ਗਈ ਹੈ। ਪਹਿਲੇ ਤਕਰੀਬਨ 12-13 ਘੰਟੇ ਕਾ ਸਫ਼ਰ ਹੋਤਾ ਥਾ, ਔਰ ਅਭੀ ਇਤਨਾ ਜ਼ਿਆਦਾ ਰਸ਼ ਹੈ ਕਿ ਯਹੀ ਜਨਾਬ ਸਫ਼ਰ ਹਮਾਰਾ 20 ਘੰਟੇ ਕਾ ਹੋ ਗਿਆ। ਅਭੀ ਤਕਰੀਬਨ 5-6 ਵਜੇ ਪਹੁੰਚੇਗਾ ਚੌਥੇ ਸਾਹਿਬ, ਇਨਸ਼ਾ ਅੱਲਾ ਸਾਰਾ ਅਭੀ 4 ਘੰਟੇ ਮੇਂ ਇਨਸ਼ਾ ਅੱਲਾ ਪਹੁੰਚ ਜਾਏਗਾ। ਅਭੀ ਤਕਰੀਬਨ 4 ਘੰਟੇ ਲੱਗ ਜਾਏਗਾ ਤਾਇਫ ਸੇ, ਤੋ ਠੀਕ ਹੈ ਦੋਸਤੋ, ਫਿਰ ਅੱਜ ਕਾ ਵਲੌਗ ਇਧਰ ਹੀ ਐਂਡ ਕਰਤੇ ਹੈਂ, ਇਨਸ਼ਾ ਅੱਲਾ ਮਿਲਤੇ ਹੈਂ ਨੈਕਸਟ ਵਲੌਗ ਮੇਂ। ਦੁਆਓਂ ਮੇਂ ਯਾਦ ਰੱਖਣਾ ਔਰ ਆਪਣਾ ਬਹੁਤ ਸਾਰਾ ਖਿਆਲ ਰੱਖਣਾ। ਅਸਲਾਮ।